ਨੀਰੂ ਬਾਜਵਾ ਅਤੇ ਅੰਮ੍ਰਿਤਮਾਨ ਸਟਾਰਰ ਪੰਜਾਬੀ ਫਿਲਮ ਆਟੇ ਦੀ ਚਿੜੀ, ਜਿਸ ਦਾ ਟ੍ਰੇਲਰ ਤਾਂ ਰਿਲੀਜ਼ ਹੋ ਚੁੱਕਿਆ, ਜਿਸ ਨੂੰ ਬੇਹੱਦ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ, ਔਰ ਹੁਣ ਫਿਲਮ ਦਾ ਟਾਈਟਲ ਟਰੈਕ ਵੀ ਰਿਲੀਜ਼ ਕਰ ਦਿੱਤਾ ਗਿਆ ਅੰਡਰ ਦ ਲੇਬਲ ਆਫ ਲੋਕ ਧੁਨ। ਅਸੀਂ ਤੁਹਾਨੂੰ ਦੱਸ ਦਈਏ ਕਿ ਇਸ ਗਾਣੇ ਨੂੰ ਆਵਾਜ਼ ਦਿੱਤੀ ਹੈ ਮਨਕੀਰਤ ਪੰਨੂ ਨੇ, ਮਿਊਜ਼ਿਕ ਹੈ ਦਿ ਬੌਸ ਦਾ ਔਰ ਲਿਰਿਕਸ ਨੇ ਕਪਤਾਨ ਦੇ। ਔਰ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਇਹ ਗਾਣਾ ਇੱਕ ਬੀਟ ਸੌਂਗ ਹੈ ਜਿਸ ਦੇ ਉੱਤੇ ਥਿਰਕਦੀ ਹੋਈ ਨਜ਼ਰ ਆ ਰਹੀ ਹੈ ਸਭ ਨੂੰ, ਨੀਰੂ ਬਾਜਵਾ। ਫਿਲਹਾਲ ਨਾਲ ਹੀ ਤੁਹਾਨੂੰ ਦੱਸ ਦੇ ਕਿ ਇਹ ਫਿਲਮ 19 ਅਕਤੂਬਰ ਯਾਨੀ ਕਿ ਦੁਸ਼ਹਿਰੇ ਵਾਲੇ ਦਿਨ ਰਿਲੀਜ਼ ਕੀਤੀ ਜਾਵੇਗੀ। ਸੋ ਦੈਨਿਕ ਸਵੇਰਾ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਆਟੇ ਦੀ ਚਿੜੀ ਦੀ ਸਟਾਰ ਕਾਸਟ ਨੂੰ ਮੈਨੀ ਕੰਗ੍ਰੈਚੁਲੇਸ਼ਨਸ ਫੋਰ ਦੀ ਮੂਵੀ ਐਂਡ ਆਲ ਦੀ ਵੈਰੀ ਬੈਸਟ।